ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ 18 ਸਤਹੀ ਖੇਤਰਫਲ ਅਤੇ ਆਇਤਨ ਅਭਿਆਸ ਸੰਭਰ 18.2 ਤੇ ਇਸ ਅਭਿਆਸ ਦੇ ਆਖਰੀ ਤਿੰਨ ਸਵਾਲ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਕੇ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਤੇ ਸਾਰੇ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਇਹਨਾਂ ਸਵਾਲਾਂ ਨੂੰ ਆਪਣੇ ਆਪ ਕਰਨ ਦਾ ਅਭਿਆਸ ਜ਼ਰੂਰ ਕਰਨਾ ਹੈ ਕੱਲਾ ਵੀਡੀਓ ਦੇਖ ਸੁਣ ਕੇ ਤਸੱਲੀ ਨਹੀਂ ਕਰਨੀ ਸੋ ਆਓ ਸ਼ੁਰੂ ਕਰੀਏ ਸੋ ਸਤਮਵਾਂ ਸਵਾਲ ਹੈ ਬੱਚਿਓ ਕਿਸੇ ਚੱਕਰਾਕਾਰ ਖੂਹ ਦਾ ਅੰਦਰੂਨੀ ਵਿਆਸ 3.5 ਮੀਟਰ ਹੈ ਅਤੇ ਇਹ 10 ਮੀਟਰ ਡੂੰਘਾ ਹੈ ਪਤਾ ਕਰੋ ਪਹਿਲਾ ਭਾਗ ਅੰਦਰੂਨੀ ਵਕਰ ਸਤ੍ਹਾ ਦਾ ਖੇਤਰਫਲ ਭਾਗ ਦੂਜਾ ਰੁਪਏ 40 ਪ੍ਰਤੀ ਵਰਗ ਮੀਟਰ ਦੀ ਦਰ ਨਾਲ ਵਕਰ ਸਤ੍ਹਾ ਤੇ ਪਲਸਤਰ ਦਾ ਖਰਚ ਸੋ ਬੜਾ ਹੀ ਸੌਖਾ ਸਵਾਲ ਹੈ ਬੱਚਿਓ ਇੱਥੇ ਵੀ ਮੀਟਰ ਹੈ ਇੱਥੇ ਵੀ ਮੀਟਰ ਹੈ ਸੋ ਇੱਥੇ ਵੀ ਇਹਨਾਂ ਨੇ ਕਿਹਾ ਕਿ ਹੈ ਪ੍ਰਤੀ ਵਰਗ ਮੀਟਰ ਸੋ ਕੋਈ ਇਕਾਈਆਂ ਨੂੰ ਬਦਲਣ ਦੀ ਲੋੜ ਨਹੀਂ ਹੈਗੀ ਸੋ ਪਹਿਲਾਂ ਭਾਗੇ ਬੱਚਿਓ ਦਿੱਤਾ ਹੈ ਖੂਦ ਦੀ ਡੂੰਘਾਈ H 10 ਮੀਟਰ ਅਤੇ ਖੂਦ ਦਾ ਵਿਆਸ 3.5 ਮੀਟਰ ਸੋ ਸਨਵਰਧ ਵਿਆਸ ਚਾਹੀਦਾ ਹੈ ਅਰਧ ਵਿਆਸ ਵਿਆਸ ਦਾ ਅੱਧਾ ਹੁੰਦਾ ਹੈ ਸੁਰਧ ਵਿਆਸ ਆਰ ਬਰਾਬਰ 3.5 2 ਤੇ ਜਿਹੜੇ ਕੀਤਾ 1.75 ਮੀਟਰ ਸਾਡਾ ਅਰਧ ਵਿਆਸ ਆ ਗਿਆ ਹੁਣ ਖੂਦ ਦੀ ਅੰਦਰੂਨੀ ਵਕਰ ਸਤ੍ਹਾ ਦਾ ਖੇਤਰਫਲ 2 π r h ਠੀਕ ਹੈ ਅੰਦਰੂਨੀ ਸਤ੍ਹਾ ਮਤਲਬ ਕਿ ਅੰਦਰਲਾ ਹਿੱਸਾ ਚਾਹੀਦਾ ਬਾਹਰੀ ਮੈਦਾਨ ਹੈਗਾ ਜਿਵੇਂ ਅੰਦਰੋਂ ਦਬਿਆ ਹੋਇਆ ਨਾ ਤੇ ਖੂਂਦੇ ਸੋ ਅੰਦਰਲੀ ਅੰਦਰਲਾ ਅਰਧ ਵਿਆਸ ਹੈ ਜਿੱਥੇ ਕਿਤੇ ਕੋਈ ਮੋਟੀ ਚੀਜ਼ ਹੁੰਦੀ ਹੈ ਕੋਈ ਮਤਲਬ ਕਿ ਪਾਈਪ ਹੋਵੇ ਮੋਟਾ ਤਾਂ ਅਸੀਂ ਕਹਿੰਦੇ ਆ ਕਿ ਇਹ ਬਾਹਰੀ ਅਰਧ ਵਿਆਸ ਤੇ ਅੰਦਰੂਨੀ ਅਰਧ ਵਿਆਸ ਤੇ ਫਿਰ ਬਾਹਰੀ ਸਤਾ ਦਾ ਖੇਤਰਫਲ ਤੇ ਅੰਦਰੂਨੀ ਸਤਾ ਦਾ ਖੇਤਰਫਲ ਹੈ ਨਾ ਉਹ ਤਾਂ ਵੱਖਰਾ ਵੱਖਰਾ ਹੋ ਜਾਂਦਾ ਸੋ ਖੂਰੀ ਅੰਦਰੂਨੀ ਵਕਰ ਸਤਾ ਦਾ ਖੇਤਰਫਲ 2 पाई r h 2 ਰਾ 2 पाई ਦਾ 2 7 ਤੇ r 1.75 ਤੇ ਐਚ ਹੈਗੀ ਹੈ ਤੁਹਾਡੀ 10 ਹੁਣ ਇਹ 7 ਨਾਲ ਭਾਗ ਹੁੰਦਾ 175 7 1 7 ਧੁਨੀ 14 ਤੇ 57 35 ਸੋ 0.25 ਆ ਗਿਆ ਸੋ 2 22 0.25 10 ਜਿਹੜੇ ਸਾਰੇ ਨੂੰ ਗੁਣਾ ਕੀਤਾ ਤੇ 110 ਮੀਟਰ ਵਰਗ ਸਾਡਾ ਖੇਤਰਫਲ ਆ ਗਿਆ ਸੋ ਅੰਦਰੂਨੀ ਵਕਰ ਸਤਾ ਦਾ ਖੇਤਰਫਲ 110 ਮੀਟਰ ਵਰਗ ਪਹਿਲਾ ਭਾਗ ਹੋ ਗਿਆ ਹੁਣ ਦੂਜਾ ਭਾਗ ਸੌਖਾ ਹੀ ਹੈ ਪਲਸਤਰ ਕਰਵਾਉਣ ਦੀ ਦਰ ਆਹੀ ਹੈ 40 ਰੁਪਏ ਪ੍ਰਤੀ ਮੀਟਰ ਵਰਗ ਸੋ ਖੂਹ ਦੀ ਵਕਰ ਸਤਾ ਦੇ ਪਲਸਤਰ ਕਰਨ ਦਾ ਖਰਚਾ ਕਿੰਨਾ ਆਏਗਾ ਉਜਨਵ ਖੇਤਰਫਲਾਏ ਉਹਨੂੰ ਪੈਸੇ ਦੀ ਦਰ ਦੇ ਨਾਲ ਗੁਣਾ ਕਰ ਦੇਣਾ ਸੋ 40 110 ਆਇਆ ਬਣ ਗਿਆ 1144 ਕੇ ਦੋ ਸਿਫਰ ਲੱਗੀਆਂ ਵਾਲੀਆਂ ਸੋ 4400 ਰੁਪਏ ਉਸ ਖੂਹ ਦੀ ਅੰਦਰੂਣੀ ਬਕਰ ਸਤਾ ਨੂੰ ਪ੍ਰਸਤਰ ਕਰਨ ਦਾ ਖਰਚਾ ਪਵੇਗਾ ਇਹ ਆ ਗਿਆ ਸਾਡਾ 7ਵਾਂ ਸਵਾਲ ਆਓ ਨੌਵਾਂ ਦੇਖੀਏ 8ਵਾਂ ਸਵਾਲ ਹੈ ਗਰਮ ਪਾਣੀ ਦੁਆਰਾ ਗਰਮ ਰੱਖਣ ਲਈ ਇੱਕ ਯੰਤਰ ਵਿੱਚ 28 ਮੀਟਰ ਲੰਬਾਈ ਅਤੇ 5 ਸੈਂਟੀਮੀਟਰ ਦੇਖੋ ਇੱਥੇ ਮੀਟਰ ਹੈ ਇਹ ਸੈਂਟੀਮੀਟਰ ਹੈ। ਵਿਆਸ ਵਾਲਾ ਇੱਕ ਪਾਈਪ ਹੈ। ਇਸ ਯੰਤਰ ਵਿੱਚ ਗਰਮੀ ਦੇਣ ਵਾਲੀ ਕੁੱਲ ਕਿੰਨੀ ਸਤ੍ਹਾ ਹੈ? ਪਾਈਪ ਚੋਂ ਪਾਣੀ ਜਾਂਦਾ ਸਟੀਮ ਜਾਂਦੀ ਹੈ ਗਰਮ ਹੋ ਕੇ, ਸੋ ਅੰਦਰੂਨੀ ਜਿੱਥੇ ਖੂਦ ਵਿੱਚ ਪਾਣੀ ਹੈਗਾ, ਜਿੱਦਾਂ ਪਾਈਪ ਵਿੱਚੋਂ ਪਾਣੀ ਜਾਂਦਾ ਤੇ ਇਹਨਾਂ ਨੂੰ ਪਾਈਪ ਦੀ ਅੰਦਰੂਨੀ ਜਿਹੜੀ ਸਤ੍ਹਾ ਹੈ, ਉਹ ਕਰ ਸਤ੍ਹਾ ਦਾ ਖੇਤਰਫਲ ਅਸੀਂ ਕੱਢਣਾ ਹੈ। ਸੋ ਦਿੱਤਾ ਹੈ ਪਾਈਪ ਦੀ ਲੰਬਾਈ h 28 ਮੀਟਰ। ਪਾਈਪ ਦਾ ਵਿਆਸ 5 ਸੈਂਟੀਮੀਟਰ, ਸੋ ਅਰਧ ਵਿਆਸ ਹੋ ਜਾਏਗਾ 5/2 ਔਰ ਜਿਹੜਾ 5/2 2.5 ਸੈਂਟੀਮੀਟਰ ਹੁਣ ਇਹ ਤੇ ਮੀਟਰ ਹੈ ਇਹ ਸੈਂਟੀਮੀਟਰ ਨੂੰ ਮੀਟਰ ਚ ਬਦਲਾਂਗੇ ਸੋ 2.5/100 ਮੀਟਰ ਨੂੰ ਸੈਂਟੀਮੀਟਰ ਚ ਬਦਲ ਸੈਂਟੀਮੀਟਰ ਨੂੰ ਮੀਟਰ ਚ ਬਦਲਣ ਲਈ 100 ਨਾਲ ਭਾਗ ਕਰੀਦਾ ਸੋ 2.5/100 0.025 ਮੀਟਰ ਹੁਣ ਪਾਈਪ ਦੀ ਪਾਈਪ ਦਾ ਵਕਰ ਸਤਹੀ ਖੇਤਰਫਲ ਕਿੰਨਾ ਹੋ ਜਾ 2πrh ਠੀਕ ਹੈ ਸੋ 2π ਦਾ π/7 r ਤੁਹਾਡਾ 0.025 ਤੇ ਲੰਬਾਈ ਦਿੱਤੀ ਹੈ ਉਚਾਈ ਦਿੱਤੀ ਹੈ 28 ਸੋ 7 7 49 7 4 28 ਠੀਕ ਹੈ ਸੋ 2 22 0.02 5 4 ਜਿਹੜਾ ਗੁਣਾ ਕੀਤਾ ਵਿੱਚ 25 4 100 ਤਾਂ 0.1 ਹੋ ਗਿਆ ਸੋ 22 44 ਸੋ 4.4 ਸੋ 4.4 ਆ ਗਿਆ ਇਸ ਤਰ੍ਹਾਂ ਯੰਤਰ ਵਿੱਚ ਗਰਮੀ ਦੇਣ ਵਾਲੀ ਕੁੱਲ ਸਤਾ 4.4 ਮੀਟਰ ਵਰਗ ਹੈ ਸੋ ਵਿੱਚ ਸਵਾਲ ਨੂੰ ਕਹਾਂ ਫਿਰ ਆ ਕੇ ਕਿਤੇ ਖੂਹ ਕਹਿੰਦਾ ਕਿਤੇ ਪਾਈਪ ਕਹਿੰਦਾ ਕਿਤੇ ਟੈਂਕੀ ਕਹਦੀ ਪਰ ਗੱਲ ਉੱਥੇ ਹੀ ਉਹੀ ਸੂਤਰ ਨੇ ਸਵਾਲ ਜਿੰਨੇ ਵਾਰ-ਵਾਰ ਤੁਸੀਂ ਕਰ ਲੋਗੇ ਉਹਨਾਂ ਤੁਹਾਡਾ ਕੌਨਫੀਡੈਂਸ ਜਿਹੜਾ ਆਤਮ ਵਿਸ਼ਵਾਸ ਹੈ ਸਵੈ ਭਰੋਸਾ ਹੈ ਉਹ ਵਧਦਾ ਜਾਏਗਾ ਆ ਹੁਣ ਆਖਰੀ ਸਵਾਲ ਦੇਖੀਏ ਇਹ ਸਵਾਲ ਫਰਕਿਡਾ ਹੈ ਬੱਚਿਓ ਤੇ ਮੈਂ ਤੁਹਾਨੂੰ ਸਲਾਹ ਦਵਾਂਗਾ ਕਿ ਇਹ ਵਾਲੇ ਸਵਾਲ ਨੂੰ ਤੁਸੀਂ 2-3 ਵਾਰ ਕਰਿਓ 1 ਵਾਰ ਕਰਕੇ ਤਸੱਲੀ ਨਾ ਕਰਿਓ ਜਦੋਂ ਤੁਸੀਂ 2-3 ਵਾਰ ਕਰ ਲੋਗੇ ਤਾਂ ਪਤਾ ਲੱਗੇਗਾ ਠੀਕ ਹੈ ਸੋ ਇਹ ਦੋ ਭਾਗ ਨੇ ਸਵਾਲ ਦੇ ਕਹਿੰਦੇ ਕਿ ਨੌ ਸਵਾਲ ਇਹ ਪਤਾ ਕਰੋ ਪਹਿਲਾ ਭਾਗ ਇੱਕ ਬੇਲਣਾਕਾਰ ਪੈਟਰੋਲ ਦੀ ਬੰਦ ਟੈਂਕੀ ਬੰਦ ਟੰਕੀ ਹੈ ਮਿਲਿ ਭਾਂਡਾ ਜਿਹਦਾ ਸਿਲੰਡਰ ਹੈਗਾ ਕੋਈ ਹਨਾ ਜਾਂ ਡਰਮ ਹੈਗਾ ਟੰਕੀ ਹੈਗੀ ਹੈ ਨਾ ਤੇ ਇਹਦਾ ਉੱਪਰਲਾ ਹਿੱਸਾ ਵੀ ਇਹ ਬੰਦ ਹੈ ਜਾਂ ਉਹ ਢੱਕਣ ਹੋਏਗਾ ਜਿਹਨੂੰ ਬੰਦ ਕੀਤਾ ਜਾਂਦਾ ਤੇ ਥੱਲੇ ਟਲਾ ਵੀ ਹੈਗਾ ਸੋ ਇੱਕ ਬੇਲਣਕਾਰ ਪੈਟਰੋਲ ਦੀ ਬੰਦ ਟੈਂਕੀ ਦਾ ਪਾਸਵੀ ਪਾਸਵੀ ਮੈਨੇ ਪਾਸੇ ਅਰਥਾਤ ਵਕਰ ਪਾਸਵੀ ਜਾਂ ਵਕਰ ਸਤਾ ਦਾ ਖੇਤਰਫਲ ਜਿਸਦਾ ਵਿਆਸ 4.2 ਮੀਟਰ ਹੈ ਅਤੇ ਉਚਾਈ 4.5 ਮੀਟਰ ਹੈ ਸੋ 4.2 ਮੀਟਰ ਵਿਆਸ ਹੈਗਾ 4.5 ਮੀਟਰ ਉਚਾਈ ਹੈਗੀ ਹੈ ਇਹਦਾ ਪਾਸਵੀ ਵਕਰ ਸਤਾ ਦਾ ਖੇਤਰਫਲ ਪਤਾ ਕਰਨਾ ਹੈ ਤੇ ਦੂਜਾ ਭਾਗ ਤੁਹਾਡੇ ਕਿੱਡਾ ਹੈ ਪਹਿਲਾ ਭਾਗ ਤੇ ਬੜਾ ਸੌਖਾ ਹੈ ਦੂਜੇ ਭਾਗ ਨੂੰ ਧਿਆਨ ਨਾਲ ਦੇਖਣਾ ਤੁਸੀਂ ਇੱਕ ਟੈਂਕੀ ਬਣਾਉਣ ਵਿੱਚ ਕੁੱਲ ਕਿੰਨਾ ਇਸਫਾਤ ਮਲੇ ਸਟੀਲ ਇਸਫਾਤ ਮਨੇ ਤਾਤੂ ਜਿਹੜੀ ਹੈ ਸਟੀਲ ਜਿਹੜੀ ਹੈ ਮਾਈਲਡ ਸਟੀਲ ਜਿਹੜਾ ਵਰਤਿਆ ਜਾਂਦਾ ਟੈਂਕੀਆਂ ਲਈ ਕਿੰਨਾ ਇਸਫਾਤ ਲੱਗੇਗਾ ਜੇਕਰ ਕੁੱਲ ਇਸਫਾਤ ਦਾ 1/12ਵਾਂ ਭਾਗ ਬਣਾਉਣ ਵਿੱਚ ਬਰਬਾਦ ਹੋ ਗਿਆ ਹੋਵੇ ਜਿਵੇਂ ਬੱਚੇ ਜਦੋਂ ਅਸੀਂ ਕੁੜਤਾ ਪਜਾਮਾ ਬਣਵਾਉਂਨੇ ਆ ਤੇ ਕੁਝ ਲੀਰਾਂ ਜਿਹੜੀਆਂ ਖਰਾਬ ਜਾਂਦੀਆਂ ਕੱਟ ਕੇ ਦਰਜੀ ਦੇ ਦੇਖੇ ਉਹ ਸਿੱਟ ਦਿੰਦਾ ਲੀਰਾਂ ਵੰਜਦੀਆਂ ਇਸੇ ਤਰ੍ਹਾਂ ਜਦੋਂ ਵੀ ਧਾਤੂ ਦੀ ਟੈਂਕੀ ਵਰਗੀ ਬਣਾਈ ਜਾਂਦੀ ਹੈ ਤੇ ਕੋਈ ਖੁੰਝੇ ਕੋਈ ਟੁਕੜੇ ਨਿੱਕੇ ਨਿੱਕੇ ਉਹ ਚੋਂ ਕਾਫੀ ਇਸਪਾਤ ਬਰਬਾਦ ਹੀ ਹੋ ਜਾਂਦਾ ਸੋ ਇਹ ਕਹਿੰਦੇ ਨੇ ਕਿ ਜਿੰਨਾ ਸਟੀਲ ਜਾਂਦਾ ਸੀਗਾ ਪੂਰੀ ਟੈਂਕੀ ਤੇ ਬਣ ਗਈ ਪਰ ਇਹ ਮੰਨ ਕੇ ਚੱਲੋ ਕਿ ਕੁੱਲ ਇਸਪਾਤ ਜਿੰਨਾ ਸੀ ਕੁੱਨਾ ਕੁੱਲ ਸਟੀਲ ਜਿੰਨਾ ਖਰੀਦ ਕੇ ਜਾਂਦਾ ਚਦਰ ਲਈ ਉਹਦਾ 12ਵਾਂ ਹਿੱਸਾ ਬਰਬਾਦ ਗਿਆ ਤੇ ਬਾਕੀ 11/12ਵਾਂ ਹਿੱਸਾ ਜਿਹੜਾ ਹੈ ਉਹ ਟੈਂਕੀ ਬਣਾਉਣ ਦੇ ਕੰਮ ਆਇਆ ਤੇ ਕਹਿੰਦੇ ਜੇ 1/12ਵਾਂ ਹਿੱਸਾ ਬਰਬਾਦ ਹੋਵੇ ਤੇ ਇੱਕ ਟੈਂਕੀ ਬਣਾਉਣ ਵਿੱਚ ਕੁੱਲ ਕਿੰਨਾ ਇਸਪਾਤ ਲੱਗੇਗਾ ਕੁੱਲ ਕਿੰਨਾ ਲੱਗੇ ਠੀਕ ਹੈ ਬੜਾ ਬੱਚੇ ਰੋਚਕ ਸਵਾਲ ਹੈ ਅਜਿਹਾ ਅੱਗੇ ਮੈਂ ਕਰਾਂਗਾ ਤੇ ਤੁਸੀਂ ਦੇਖਣਾ ਤਰਤੀਬ ਵਾਰ ਜੇ ਕਰਾਂਗੇ ਤੇ ਸਭ ਗੱਲ ਛੇਤੀ ਸਮਝ ਆ ਜਾਏਗੀ ਸੋ ਪਹਿਲਾ ਪਾਗ ਤੇ ਸੌਖਾ ਹੀ ਹੈ ਵੇਲਨਕਾਰ ਟੈਂਕੀ ਦੀ ਉਚਾਈ H 4.5 ਮੀਟਰ ਵਿਆਸ 4.2 ਮੀਟਰ ਸੋ ਟੈਂਕੀ ਦਾ ਅਰਧ ਵਿਆਸ ਆਰ 4.2/2 2.1 ਮੀਟਰ ਠੀਕ ਹੈ ਅਸੀਂ ਜਾਣਦੇ ਹਾਂ ਕਿ ਬੇਲਨ ਦੀ ਵਕਰ ਸਤ੍ਹਾ ਦਾ ਖੇਤਰਫਲ 2πr h ਸੋ ਟੈਂਕੀ ਦੀ ਵਕਰ ਸਤ੍ਹਾ ਦਾ ਖੇਤਰਫਲ 2 π ਦਾ 22/7 2.1r ਤੇ 4.5 h ਸੋ ਜਿਲੇ 7 1/7 7 1 0.10 ਹੋ ਗਿਆ ਇੱਥੇ ਸੋ 2 22 0.10 4.5 ਲੈ ਸਾਰਿਆਂ ਨੂੰ ਗੁਣਾ ਕੀਤਾ ਤੇ ਆ 22 44 22 244 ਤੇ 3.5 15 31 12 13 1.35 ਤੇ 59.4 ਆ ਗਿਆ ਭਾਵ ਟੈਂਕੀ ਦੀ ਵਕਰ ਜਾਂ ਪਾਸਵੀ ਸਤਾ ਦਾ ਖੇਤਰਫਲ ਆ ਗਿਆ 59.4 ਮੀਟਰ ਵਰਗ ਇਹ ਸਾਡਾ ਹੋ ਗਿਆ ਪਹਿਲਾ ਭਾਗ ਇਹ ਵੜਾ ਪਹਿਲਾ ਭਾਗ ਹੋ ਗਿਆ ਹੁਣ ਦੂਜਾ ਭਾਗ ਦੇਖਦੇ ਆਂ ਹੁਣ ਬੱਚੋ ਦੂਜੇ ਭਾਗ ਦੇ ਵਿੱਚ ਕਿਉਂਕਿ ਉਹਨੇ ਪੂਰੀ ਟੈਂਕੀ ਦੀ ਗੱਲ ਕੀਤੀ ਹੈ ਨਾ ਤੇ ਇੱਥੇ ਵਕਰ ਸਤਾ ਨਹੀਂ ਚੱਲੇਗੀ ਇਕੱਲੇ ਉਹਦਾ ਟੱਕਣ ਵੀ ਹੈ ਤੇ ਉਹਦਾ ਤਲਾ ਵੀ ਹੈਗਾ ਤੇ ਅਸੀਂ ਉਹਨੂੰ ਕਹਿੰਦੇ ਆ ਜਦੋਂ ਇਹਦਾ ਡਰਮ ਹੋਵੇ ਟੈਂਕੀ ਹੋਵੇ ਤੇ ਅਸੀਂ ਕਹਿੰਨੇ ਕੁੱਲ ਕੁੱਲ ਸਤ੍ਹਾ ਦਾ ਖੇਤਰਫਲ ਕੁੱਲ ਸਤ੍ਹਾ ਵਿੱਚ ਬਕਰ ਸਤ੍ਹਾ ਵੀ ਆ ਜਾਂਦੀ ਹੈ ਪਾਸਵੇ ਸਤ੍ਹਾ ਵੀ ਆ ਜਾਂਦੀ ਹੈ ਤੇ ਉੱਪਰਲਾ ਤਲਾ ਵੀ ਆ ਜਾਂਦਾ ਥਲੜਾ ਤਲਾ ਵੀ ਆ ਜਾਂਦਾ ਠੀਕ ਹੈ ਸੋ ਅਸੀਂ ਜਾਣਦੇ ਹਾਂ ਕਿ ਬੇਲਣ ਦਾ ਕੁੱਲ ਖੇਤਰਫਲ ਹੁਣ ਇੱਥੇ ਸਤਹੀ ਖੇਤਰਫਲ ਨੂੰ ਬਕਰ ਸਤ੍ਹਾ ਖੇਤਰਫਲ ਨਹੀਂ ਕੁੱਲ ਖੇਤਰਫਲ ਉਹ ਹੁੰਦਾ 2 ਪਾਈ r ਤੇ ਬ੍ਰੈਕਟ ਪਾ ਕੇ r h ਇਹ ਤੁਹਾਨੂੰ ਘੰਟ ਹੋਣਾ ਚਾਹੀਦਾ ਨੇ ਸਾਰੇ ਸੂਤਰ ਸੋ ਟੈਂਕੀ ਦਾ ਕੁੱਲ ਖੇਤਰਫਲ 2 ਪਾਈ 7 2.1 r ਤੇ ਆ 2.1 ਤੇ ਜਮਾ H 2 4.5 ਜਿਹੜੇ ਦੋਨਾਂ ਨੂੰ ਜੋੜਿਆ ਤੇ ਆ ਗਿਆ 6.6 ਤੇ 7 ਨੂੰ 21 ਨਾਲ 21 ਨੂੰ ਭਾਗ ਕੀਤਾ 7 ਨਾਲ 7 21 0.3 ਆ ਗਿਆ ਸੁੱਝ ਲਿਆ ਸਾਰਿਆਂ ਨੂੰ ਗੁਣਾ ਕੀਤਾ ਤੇ ਆ ਗਿਆ 44 1.0 87.12 ਮੀਟਰ ਵਰਗ ਆ ਗਿਆ ਇਹ ਆ ਗਿਆ ਬੱਚਿਓ ਕੁੱਲ ਖੇਤਰਫਲ ਜਿਹਦੇ ਵਿੱਚ ਉੱਪਰਲਾ ਟੱਕਣ ਵੀ ਹੈ ਤੇ ਥੜਾ ਤਲਾ ਵੀ ਹੈਗਾ ਹੁਣ ਅਸੀਂ ਕਰਨਾ ਕਹਿੰਦੇ ਵੀ ਕੁੱਲ ਇਸਪਾਤ ਜਿਹੜਾ ਕਹਿੰਦੇ ਕਿੰਨਾ ਵਰਤਿਆ ਜਾਏਗਾ ਟੈਂਕੀ ਬਣਾਉਣ ਵਿੱਚ ਕਹਿੰਦੇ ਮੰਨ ਹੁਣ ਅਸੀਂ ਮੰਨਾਂਗੇ ਕਿਉਂਕਿ ਇੱਕ ਬੜਾ ਬਾਹਰੋਂ ਹਿੱਸਾ ਖਰਾਬ ਜਾਣਾ ਹੈ ਬਰਬਾਦ ਹੋਣਾ ਹੈ ਮੰਨ ਲਓ ਟੈਂਕੀ ਬਣਾਉਣ ਲਈ ਕੁੱਲ ਲੱਗਿਆ ਇਸਪਾਤ x ਮੀਟਰ ਵਰਗ ਹੈਗਾ x ਸੋ ਟੈਂਕੀ ਦਾ ਕੁੱਲ ਖੇਤਰਫਲ ਹੁਣ ਇੱਥੇ ਧਿਆਨ ਦੇਖਣਾ ਤੁਸੀਂ ਇਹ ਸਟੈਪ ਨੂੰ ਧਿਆਨ ਨਾਲ ਦੇਖਣਾ ਕਿਉਂਕਿ ਬਰਬਾਦ ਵੀ ਹੋ ਰਿਹਾ ਨਾ ਕਹਿੰਦੇ ਟੈਂਕੀ ਦਾ ਕੁੱਲ ਖੇਤਰਫਲ ਐ ਤੇ ਲੱਗੇਗਾ ਕੁੱਲ ਖੇਤਰਫਲ ਜਿੰਨਾ ਟੈਂਕੀ ਦੇ ਵਿੱਚ ਜਿਹੜਾ ਇਸਪਾਤ ਲੱਗਣਾ ਹੈ ਕਿ ਜਮਾ ਬਰਬਾਦ ਹੋਇਆ ਇਸ ਬਾਧ ਉਹ ਇੱਕ ਬੜਾ 12ਵਾਂ ਹਿੱਸਾ ਹੈ ਤੇ ਬਰਾਬਰ ਕੁੱਲ ਲੱਗਿਆ ਇਸ ਬਾਧ ਟੈਂਕੀਊ ਚ ਲੱਗਿਆ ਇਸ ਬਾਧ ਜੋ ਕਿ ਕੁੱਲ ਖੇਤਰਫਲ ਦੇ ਬਰਾਬਰ ਹੈਗਾ ਬਰਬਾਦ ਹੋਇਆ ਇਸ ਬਾਧ ਕਿ ਬਰਾਬਰ ਕੁੱਲ ਲੱਗਿਆ ਇਸ ਬਾਧ ਅਰਥਾਤ ਕੁੱਲ ਅਸੀਂ ਖਰੀਦੀ ਕਿ ਲੈਂਦਾ ਹੁਣ ਇਹਦੇ ਅਸੀਂ ਵੈਲਿਊ ਭਰ ਦਵਾਂਗੇ ਸਾਰਿਆਂ ਦੀ ਟੈਂਕੀ ਦਾ ਕੁੱਲ ਖੇਤਰਫਲ ਕਿੰਨਾ ਹੈ 87.12 87.12 ਤੇ ਬਰਬਾਦ ਹੋਇਆ ਹੋਵੇ ਕਿਸ ਬਾਧ ਕਿੰਨਾ ਹੈ x 12 ਉਹਨੇ ਇਹੀ ਕਿਹਾ ਨਾ ਕਿ 12ਵਾਂ ਹਿੱਸਾ ਕੁੱਲ ਖੇ ਇਸ ਫਾਰ ਦਾ ਬਰਬਾਦ ਹੋ ਜਾਂਦਾ ਐਕਸਪਰਟਾ 12 ਤੇ ਬਰਾਬਰ ਐਕਸ ਐ ਬਿਲਕੁਲ ਅਸੀਂ ਮੰਨ ਕੇ ਚੱਲੇ ਆ ਜਾਂ 87.12 ਬਰਾਬਰ ਕਿੰਨਾ ਆ ਜਾਏਗਾ ਇਹ ਮੈਂ ਇੱਥੇ ਲਾ ਜਾਗਾ ਸੱਜੇ ਪਾਸੇ ਐਕਸ ਅਸੀਂ ਸਮੀਕਰਨ ਪੜ੍ਹਿਆ ਹੋਇਆ ਨੇ ਜਿਹੜੇ ਚੱਲ ਲੱਗੇ ਨੇ ਇੱਕ ਪਾਸੇ ਲਿਆਓ ਐਕਸ ਐਕਸ 12 ਸੋ ਜਿਹੜੇ ਇਹਨੂੰ ਲਘੁਤਮ ਲਿਆ ਜਦਾਂ ਇਹਨੂੰ ਸਾਂਝਾ ਕੀਤਾ ਦੋ ਐਕਸ 'ਚੋਂ ਐਕਸ 12 ਘਟਾਇਆ ਤੇ ਇਹਦਾ ਪੂਰਾ ਲੱਗੇ 12 ਤੇ 1 12 12 ਤੇ 12 ਐਕਸ ਐਕਸ ਤੇ 12 ਐਕਸ ਐਕਸ 12 ਸੋ ਇਹ ਹੋ ਗਿਆ 11x/12 सो 11x/12 ਜਿਹੜਾ ਹੈ 87.12 ਦੇ ਬਰਾਬਰ ਹੋ ਗਿਆ ਸੋ 11x/12 87.12 ਤੇ ਜਾਂ x ਬਰਾਬਰ ਕੀ ਹੋ ਜਾਏਗਾ x ਨੂੰ ਕੱਲਾ ਰੱਖਣਾ ਹੈ ਖੱਬੇ ਪਾਸੇ ਸੋ 12 ਉੱਪਰ ਚੱਲ ਜਾਏ ਗੁਣਾ ਹੋ ਜਾਏਗਾ 11 ਥੱਲੇ ਆ ਜਾਏਗਾ 87.12 12/11 ਬਰਾਬਰ ਜਿੱਲੇ ਬੱਚਿਓ ਇਹ ਹੁਣ ਭਾਗ ਹੋ ਜਾਂਦਾ ਪੂਰਾ ਇਹਦੇ ਨਾਲ 11 11 77 ਤੇ 10 ਬਚਿਆ ਫਿਰ ਇੱਥੇ ਇੱਕ ਥੱਲੇ ਲਾ ਲਿਆ ਤੇ 11 99 ਫਿਰ ਦੋ ਆ ਗਿਆ 11 ਨਾ ਪਾਈ ਠੀਕ ਹੈ 7.92 12 ਇਹ ਜਿਹੜੇ ਗੁਣਾ ਕੀਤਾ ਤੇ 95.04 ਮੀਟਰ ਵਰਗ ਆ ਗਿਆ ਇਹ ਕੀ ਦੀ ਵੈਲਿਊ ਹੋਈ x ਦੀ x ਹੀ ਸਾਨੂੰ ਚਾਹੀਦਾ ਸੀਗਾ ਕਿੰਨੇ ਕੁੱਲ ਕਿੰਨਾ ਇਸਪਾਤ ਲੱਗੇਗਾ ਭਾਅ ਟੈਂਕੀ ਬਣਾਉਣ ਵਿੱਚ ਕੁੱਲ 95.04 ਮੀਟਰ ਵਰਗ ਇਸਪਾਤ ਲੱਗੇਗਾ ਖੇਤਰਫਲ ਤੇ ਟੈਂਕੀ ਦਾ ਕੁੱਲ ਲੱਗਾ 87.12 ਪਰ ਮੇਰਾ ਲੱਗਿਆ ਕਿੰਨਾ ਇਸਪਾਤ 95.04 ਤੇ 95.04 ਚੋਂ ਜਲੇ 87.12 ਘਟਾਵਾਂਗੇ ਉਹ ਆ ਜਾਗਾ ਇਹਦਾ 12ਵਾਂ ਹਿੱਸਾ ਜੋ ਕਿ ਬਰਬਾਦ ਚਲਾ ਗਿਆ ਇਸ ਕਰਕੇ ਬੱਚਿਓ ਇਹ ਸਵਾਲ ਨੂੰ ਥੋੜਾ ਟੇਡਾ ਹੈ ਇਸ ਕਰਕੇ ਮੇਰੀ ਤੁਹਾਨੂੰ ਸਲਾਹ ਹੈਗੀ ਹੈ ਕਿ ਇਸ ਸਵਾਲ ਨੂੰ ਤੁਸੀਂ ਇੱਕ ਵਾਰ ਨਾ ਕਰਿਓ ਥੋੜਾ ਗੈਪ ਦੇ ਕੇ ਜਦਾਂ ਇੱਕ ਵਾਰ ਹੁਣ ਕਰ ਲਿਆ ਤਾਜ਼ਾ ਤਾਜ਼ਾ ਫਿਰ 5-6 ਘੰਟੇ ਬਾਅਦ ਦੁਬਾਰਾ ਕਰ ਲਿਆ ਤੇ ਫਿਰ ਇੱਕ ਦਿਨ ਬਾਅਦ ਫੇਰ ਦੁਬਾਰਾ ਕਰ ਲਿਆ ਜਿਹੜੇ ਇਹਦਾ ਤਿੰਨ ਵਾਰ ਤੁਸੀਂ ਗੈਪ ਦੇ ਕੇ ਕਰ ਲੋਗੇ ਤੇ ਇਹ ਸਵਾਲ ਇੱਕਦਮ ਵੱਡਾ ਪੱਕਾ ਹੋ ਜਾਏਗਾ ਸੋ ਪਿਆਰੇ ਵਿਦਿਆਰਥੀਓ ਤੁਸੀਂ ਇਸੇ ਤਰ੍ਹਾਂ ਨੇਮ ਦੇ ਨਾਲ ਸ਼ਾਨ ਅਰਥ ਨਿਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਰੰਭ ਰੱਖਾ ਬੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ